ਸ੍ਰੀ ਸ਼ਕਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਜਿਲਕਵਿੰਦਰ ਸਿੰਘ ਸੰਤੂ ਦੁਆਰਾ ਲਿਖਿਆ ਗਿਆ ਨਾਵਲ ਪਿੰਡ ਦਾ ਮੁੰਡਾ ਦਾ ਭਾਗ 15 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਨਿੰਦਰ ਵਰਗੇ ਹੋਣ ਹਾਰ ਤੇ ਖਾਨਦਾਨੇ ਮੁੰਡੇ ਨਾਲ ਸਾਡੀ ਰਿਸ਼ਤੀ ਤੇਰੀ ਪੈ ਰਹੀ ਆ ਮੈਂ ਇਹਨਾਂ ਦੀ ਫੈਮਲੀ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਹਾਂ ਸਾਨੂੰ ਕੁੜੀ ਪਸੰਦ ਆ ਜੇ ਤੁਸੀਂ ਚਾਹੋ ਤਾਂ ਆਪਾਂ ਗੱਲ ਅੱਗੇ ਤੋਰ ਸਕਦੇ ਹਾਂ ਮੰਗਟ ਸਾਹਿਬ ਨੇ ਹਰਮੀਤ ਦੇ ਮਾਮਾ ਜੀ ਨੂੰ ਕਿਹਾ ਕਿਉਂਕਿ ਮਨਿੰਦਰ ਨੇ ਮਾਰਗਟ ਸਾਹਿਬ ਨੂੰ ਦੱਸ ਦਿੱਤਾ ਸੀ ਵੀ ਰਿਸ਼ਤਾ ਮਾਮਾ ਜੀ ਦੀ ਮਰਜ਼ੀ ਨਾਲ ਹੋਏਗਾ। ਕੋਈ ਗੱਲ ਨਹੀਂ ਸਰਦਾਰ ਸਾਹਿਬ। ਕਾਕੀ ਮਨਿੰਦਰ ਨੇ ਗੱਲ ਕੀਤੀ ਸੀ ਮੇਰੇ ਕੋਲ। ਮੈਂ ਭੈਣ ਨਾਲ ਸਲਾਹ ਕਰਕੇ ਜਲਦੀ ਹੀ ਜਵਾਬ ਦੇਵਾਂਗਾ। ਮਾਮਾ ਜੀ ਨੇ ਸਪਸ਼ਟ ਗੱਲ ਕੀਤੀ ਕਿ ਕਟਿਆ ਗਿਆ ਕਈ ਰਿਸ਼ਤੇਦਾਰਾਂ ਨੇ ਅਰਸ਼ ਲਈ ਗਿਫਟ ਲਿਆਂਦੇ ਸਨ ਪਰ ਬਹੁਤ ਹੀ ਨੇ ਤਾਂ ਸ਼ਗਨ ਹੀ ਦਿੱਤਾ। ਹਰਮਿਤ ਨੇ ਵੀ ਸਭ ਨੂੰ ਰਿਟਰਨ ਗਿਫਟ ਦਿੱਤੇ। ਉਸਨੇ ਆਪਣੀ ਸੱਸ ਨਾਨ ਦੇ ਔਰ ਆਪਣੀਆਂ ਭੈਣਾਂ ਮਨਿੰਦਰ ਦੀਆਂ ਮਾਸੀਆਂ ਮਾਮੀਆਂ ਆਪਦੇ ਮਾਮਾ ਜੀ ਦੀ ਨੂੰ ਨੂੰ ਵਧੀਆ ਸੂਟ ਦਿੱਤੇ ਇਸ ਫੰਕਸ਼ਨ ਤੇ ਹਰਮੀਤ ਤੇ ਪਲਵੀਰ ਮਾਸੀ ਜੀ ਨਹੀਂ ਆਏ ਕਿਉਂਕਿ ਉਹਨਾਂ ਦੇ 20 ਸਾਲ ਦੇ ਜਵਾਨ ਮੁੰਡੇ ਨੂੰ ਅਧਰੰਗ ਹੋ ਗਈ ਸੀ ਪਰ ਉਹਨਾਂ ਦੀ ਬੇਟੀ ਚੁਲ੍ਹਦੀਆਣੀ ਹੀ ਵਿਆਹੀ ਸੀ ਉਹ ਆਈ ਸੀ ਹਰਮੀਤ ਨੇ ਉਸ ਨੂੰ ਵੀ ਸੂਟ ਦਿੱਤਾ ਮਨਿੰਦਰ ਦਾ ਫੰਕਸ਼ਨ ਵੇਖ ਕੇ ਮਨਿੰਦਰ ਦੀ ਮਾਂ ਸਭ ਤੋਂ ਵੱਧ ਹੈਰਾਨ ਤੇ ਖੁਸ਼ ਹੋਈ ਯੂਨੀਵਰਸਿਟੀ ਤੋਂ ਆਈ ਮੁਲਾਜ਼ਮਾ ਤੇ ਵੀ ਇਸ ਫੰਕਸ਼ਨ ਦਾ ਵਧੀਆ ਅਸਰ ਪਿਆ ਯੂਨੀਵਰਸਿਟੀ ਵਿੱਚ ਮਨਿੰਦਰ ਦੀ ਇੱਜ਼ਤ ਹੋਰ ਵੱਧ ਗਈ। ਮਨਿੰਦਰ ਦੀ ਭੈਣ ਦੀ ਸੌਰੀਆਂ ਸਮੇਤ ਤਕਰੀਬਨ ਸਾਰੇ ਰਿਸ਼ਤੇਦਾਰ ਖੁਸ਼ੀ-ਖੁਸ਼ੀ ਚਲੇ ਗਏ। ਮਨਿੰਦਰ ਨੇ ਹਰ ਮੇਤੇ, ਮੰਮੀ ਤੇ ਭੈਣਾਂ ਨੂੰ ਕੱਲ ਨੂੰ ਜਾਣ ਲਈ ਬੇਨਤੀ ਕੀਤੀ। ਉਸਨੇ ਆਪਣੀ ਮਾਂ, ਪਿਤਾ ਜੀ ਤੇ ਭਰਾ ਨੂੰ ਵੀ ਰੋਕ ਲਿਆ। ਸ਼ਾਮ ਤੱਕ ਸਾਰੇ ਕੰਮ ਨਿਪੜ ਗਏ। ਰਾਤ ਨੂੰ ਫਿਰ ਦੋਵੇਂ ਪਰਿਵਾਰ ਇਕੱਠੇ ਰਹੇ। ਕਾਕਾਬਈ ਮੈਨੂੰ ਦੱਸਦਾ ਸੀ ਤੁਸੀਂ ਕਿਸੇ ਮੁੰਡੇ ਦੀ ਦਸ ਪਾਈ ਆ ਪਵਨੀਤ ਲਈ। ਹਰਮੇਤੀ ਮੰਮੀ ਨੇ ਮਨਿੰਦਰ ਨੂੰ ਪੁੱਛਿਆ ਹਾਂਜੀ ਮੰਮੀ ਉਹ ਮੁੰਡਾ ਪੁਲਿਸ ਸਬਸ ਹੈ ਪਿਓ ਡੀਐਸਪੀ ਹੈ ਜੀ ਇੱਕ ਮੁੰਡਾ ਹੈ ਦੋ ਕੁੜੀਆਂ ਵਿਆਹੀਆਂ ਹੋਈਆਂ ਨੇ ਪਿਓ ਨੇ ਅਗਲੇ ਸਾਲ ਰਿਟਾਇਰ ਹੋਣਾ ਮਨਿੰਦਰ ਨੇ ਡਿਟੇਲ ਦਿੱਤੀ ਕਾਕਾ ਗੁੱਤ ਕੀਆ ਕਿਹੜਾ ਪਿੰਡ ਆ ਉਹਨਾਂ ਦਾ ਮੰਮੀ ਨੇ ਕਈ ਸਵਾਲ ਪੁੱਛ ਲਏ ਮੰਮੀ ਉਹ ਮੰਗਟ ਨੇ ਫਰੋਜ਼ਪੁਰ ਕੋਲ ਪਿੰਡ ਹੈ ਉਹਨਾਂ ਦਾ ਪਰ ਮੰਮੀ ਰਿਟਾਇਰਮੈਂਟ ਤੋਂ ਬਾਅਦ ਇੱਥੇ ਹੀ ਕੂਠੀ ਪਾਉਣੀ ਆ ਉਹਨਾਂ ਨੇ ਮੇਰੇ ਨਾਲ ਗੱਲ ਹੋਈ ਸੀ ਆਹ ਗੱਲ ਵਧੀਆ ਕਾਕਾ ਤੁਸੀਂ ਫਿਰ ਤੋਰੋ ਗੱਲ ਅੱਗੇ ਮੈਂ ਬਾਈ ਨੂੰ ਵੀ ਕਿਹਾ ਸੀ ਮੰਮੀ ਨੇ ਮਨਿੰਦਰ ਨੂੰ ਕਿਹਾ ਹਾਂਜੀ ਮੰਮੀ ਮੈਂ ਮਾਮਾ ਜੀ ਨੂੰ ਕਿਹਾ ਸੀ ਉਹ ਕਹਿੰਦੇ ਮੈਂ 1-2 ਦਿਨਾਂ ਚ ਆਉਂਦਾ ਹਾਂ ਫਿਰ ਆਪਾਂ ਜਾ ਕੇ ਆਵਾਂਗੇ ਉਹਨਾਂ ਦੇ ਘਰ ਮਨਿੰਦਰ ਨੇ ਸਾਰੀ ਗੱਲ ਕਲੀਅਰ ਕਰਤੀ ਐਨੇ ਨੂੰ ਮਨਿੰਦਰ ਦੀ ਮਾਂ ਵੀ ਤੁਝੇ ਕਮਰੇ ਚ ਆ ਗਈ ਭੈਣ ਜੀ ਹਰਮਿਤ ਕਹਿੰਦੀ ਸੀ ਪਲਵੀਰ ਦਾ ਬੇਟਾ ਬਿਮਾਰ ਆ ਕੀ ਹੋਇਆ ਮਨਿੰਦਰ ਦੀ ਮਾਂ ਨੇ ਹਰਮੇਦੀ ਮਾਂ ਤੋਂ ਪੁੱਛਿਆ ਪਤਾ ਨਹੀਂ ਭੈਣ ਜੀ ਚੰਗਾ ਪਲਾ ਸੀ ਦੋ ਤਿੰਨ ਦਿਨ ਉਲਟੀਆਂ ਕਰਦਾ ਰਿਹਾ ਫਿਰ ਪਾਸਾ ਜਾ ਕਮਜ਼ੋਰ ਲੱਗਣ ਲੱਗਾ ਉਹ ਚੰਡੀਗੜ੍ਹ ਬਾਈ ਕੋਲ ਲੈ ਗਏ ਪੀਜੀਆਈ ਚ ਦਾਖਲ ਹੈ ਹੁਣ ਜੀ ਬਹੁਤ ਮਾੜੀ ਗੱਲ ਹੋਈ ਜੀ ਬਿਮਾਰੀ ਦਾ ਕਿਹੜਾ ਪਤਾ ਲੱਗਦਾ ਜੀ ਮਨਿੰਦਰ ਦੀ ਮਾਂ ਨੇ ਕਿਹਾ ਮਨਿੰਦਰ ਦੀ ਮਾਂ ਹਰਮੇਦੀ ਬਲਵੀਰ ਮਾਸੀ ਨਾਲ ਵਿਆਹ ਵੇਲੇ ਤੋਂ ਨਾਰਾਜ਼ ਸੀ ਉਸ ਨੂੰ ਲੱਗਦਾ ਸੀ ਕਿ ਬਲਵੀਰ ਨੇ ਵਿਆਹ ਵਧੀਆਂ ਨਹੀਂ ਕਰਵਾਇਆ ਸੀ ਅਗਲੇ ਦਿਨ ਸਭ ਖੁਸ਼ੀ-ਖੁਸ਼ੀ ਚਲੇ ਗਏ ਸਭ ਤੋਂ ਵੱਧ ਹਰਮਿਤ ਖੁਸ਼ ਸੀ ਉਸਦੇ ਮਨ ਦੀ ਗੱਲ ਪੂਰੀ ਹੋ ਗਈ ਸੀ ਵੈਸੇ ਕੈਨ ਨੂੰ ਤਾਂ ਕੀ ਕਹਿਣਾ ਤੁਹਾਡੇ ਇੰਤਜ਼ਾਮ ਬਹੁਤ ਵਧੀਆ ਸਨ ਤੇ ਖਾਣ-ਪੀਣ ਵੀ ਵਧੀਆ ਸੀ ਸਾਰੇ ਹੀ ਤਾਰੀਫ਼ ਕਰ ਰਹੇ ਸਨ ਹਰਮਿਤ ਨੇ ਮਨਿੰਦਰ ਦੀ ਤਾਰੀਫ਼ ਕੀਤੀ ਲੈ ਤੂੰ ਕਿਹਾ ਤਾਂ ਸੀ ਵੀ ਵਧੀਆ ਕਰਿਓ ਚਲ ਤੂੰ ਖੁਸ਼ ਹੈ ਨਾ ਮੇਰੇ ਲਈ ਇੰਨਾ ਹੀ ਬਹੁਤ ਆ ਮਨਿੰਦਰ ਨੇ ਕਿਹਾ ਕਿੰਨੇ ਪੈਸੇ ਲੱਗੇ ਵੈਸੇ ਸਭ ਤੋਂ ਵਧੀਆ ਹੋ ਗਿਆ ਮੈਂ ਕਿਹੜਾ ਹਿਸਾਬ ਕੀਤਾ ਵੀ ਕਿੰਨੇ ਲੱਗੇ ਨੇ ਫੰਕਸ਼ਨ ਵਧੀਆ ਹੋ ਗਿਆ ਗੱਲ ਖਤਮ ਮਨਿੰਦਰ ਨੇ ਗੱਲ ਮੁਕਾਈ ਇੱਕ ਹਫ਼ਤੇ ਬਾਅਦ ਮਨਿੰਦਰ ਦੇ ਮਾਮਾ ਜੀ ਆਏ ਮਨਿੰਦਰ ਤੇ ਉਹ ਦੋਵੇਂ ਮੰਗਟ ਸਾਹਿਬ ਦੀ ਕਾਰ ਮੁੰਡਾ ਵੇਖਣ ਗਏ ਪਮਨੀ ਦੇ ਫੋਟੋ ਉਹ ਨਾਲ ਲੈ ਗਏ ਸਨ ਮੰਗਟ ਸਾਹਿਬ ਨੇ ਉਹਨਾਂ ਦੀ ਬਹੁਤ ਤਾਉਪਕਤ ਕੀਤੀ ਮੰਗਟ ਸਾਹਿਬ ਦਾ ਬੇਟਾ ਬਲਵਿੰਦਰ ਵਾਕਿਆ ਇਹ ਬਹੁਤ ਸੋਹਣਾ ਸੀ ਪੁਲਿਸ ਦੀ ਵਰਦੀ ਉਹ ਫੋਟੋ ਵੀ ਬਹੁਤ ਸੁੰਨਾ ਲੱਗ ਰਿਹਾ ਸੀ ਕਾਕਾ ਮੁੰਡਾ ਤਾਂ ਬਹੁਤ ਸੁੰਨਾ ਇਹੇ ਪਵਨੀਤ ਨੂੰ ਪਸੰਦ ਕਰ ਲਓ ਹਰਮੇਤੇ ਮਾਮਾ ਜੀ ਨੇ ਮਨਿੰਦਰ ਦੇ ਕੰਨਾਂ 'ਚ ਹੌਲੀ ਦਿਨੇ ਕਿਹਾ ਮੰਗਟ ਸਾਹਿਬ ਦੀ ਅੰਟੀ ਨੂੰ ਤਾਂ ਪਸੰਦ ਆ ਉਸੇ ਨੂੰ ਫੰਕਸ਼ਨ ਤੇ ਮਿਲੇ ਸੀ ਪਵਨੀਤ ਨੂੰ ਮੁੰਡੇ ਨੂੰ ਆਪਾਂ ਪੁੱਛ ਲੈਨੇ ਆ ਨਿੰਦਨ ਨੇ ਮਾਮਾ ਜੀ ਨੂੰ ਕਿਹਾ ਆ ਫੋਟੋ ਹੈ ਜੀ ਪਵਨੀਤ ਦੀ ਤੁਸੀਂ ਵੇਖ ਲਵੋ ਜੇ ਪਸੰਦ ਹੋਵੇ ਤਾਂ ਆਪਾਂ ਅੱਗੇ ਗੱਲ ਤੋਰੀਏ ਮਨਿੰਦਰ ਨੇ ਮੁੰਡੇ ਨੂੰ ਪਵਨੀਤ ਦੀ ਫੋਟੋ ਦਿੰਦੇ ਕਿਹਾ ਪਾਪਾ ਮੰਮੀ ਨੇ ਵੇਖੀ ਆ ਜੀ ਜਿਵੇਂ ਇਹ ਕਹਿਣਗੇ ਮੈਨੂੰ ਕੋਈ ਇਤਰਾਜ਼ ਨਹੀਂ ਬਲਵਿੰਦਰ ਨੇ ਕਿਹਾ ਫੋਟੋ ਫੜਦੇ ਹੀ ਉਹ ਚੋਰੀ ਚੋਰੀ ਫੋਟੋ ਵੇਖਣ ਲੱਗ ਰਿਹਾ ਸੀ ਮਨਿੰਦਰ ਨੂੰ ਆਪਣੇ ਵੱਲ ਵੇਖਦੇ ਨੂੰ ਵੇਖ ਕੇ ਉਹ ਸ਼ਰਮਾ ਗਿਆ ਤੇ ਉਸਨੇ ਫੋਟੋ ਆਪਣੀ ਮੰਮੀ ਨੂੰ ਫੜਾ ਦਿੱਤੀ ਚਲੋ ਫਿਰ ਠੀਕ ਆ ਚਾਚਾ ਜੀ ਆਪਣੀ ਅਗਲੀ ਮੁਲਾਕਾਤ ਪਰਨਾਲੀ ਹੋਵੇਗੀ ਤੁਸੀਂ ਦੱਸ ਦੇਣਾ ਕਿਸ ਤਾਰੀਖ ਨੂੰ ਆਉਣਾ ਕਿ ਕਿਨੇ ਰਿਸ਼ਤੇਦਾਰ ਆਣਗੇ ਮਨਿੰਦਰ ਨੇ ਮੰਗਟ ਸਾਹਿਬ ਨੂੰ ਕਿਹਾ ਬਸ ਸਰਦਾਰ ਸਾਹਿਬ ਐਂਥਵਰ ਵੇਖ ਲਿਓ ਕੋਈ ਫਿਰ ਡਿਊਟੀ ਤੋਂ ਆਣਾ ਸੌਖਾ ਹੋ ਜਾਂਦਾ ਹਰਮੇਤ ਦੇ ਮਾਮਾ ਜੀ ਨੇ ਕਿਹਾ ਹਾਂ ਹਾਂ ਸਿੱਧੂ ਸਾਹਿਬ ਐਂਥਵਰ ਹੀ ਰੱਖਾਂਗੇ ਬਸ ਇੱਕ ਬੇਨਤੀ ਆ ਸਾਡੇ ਪਿੰਡ ਵਾਲੇ ਰਿਸ਼ਤੇਦਾਰ ਵੀ ਆ ਸਕਦੇ ਆ ਕੋਈ ਇਤਰਾਜ਼ ਤਾਂ ਨਹੀਂ ਮੰਗਟ ਸਾਹਿਬ ਨੇ ਕਿਹਾ ਇਸ ਤੋਂ ਪਹਿਲਾਂ ਮਨਿੰਦਰ ਕੁਝ ਬੋਲਦਾ ਮਾਮਾ ਜੀ ਨੇ ਪਹਿਲਾਂ ਹੀ ਹਾਂ ਕਰ ਦਿੱਤੀ ਨਾ ਸਾਨੂੰ ਕੀ ਇਤਰਾਸ ਹੋ ਸਕਦਾ ਬਸ ਦੱਸ ਦਿਓ ਵੀੰਨੇ ਜਣੇ ਆਉਣਗੇ ਫਿਰ ਉਸਦਾ ਇੰਤਜ਼ਾਮ ਹੋ ਜਾਂਦਾ ਮਾਮਾ ਜੀ ਨੇ ਕਿਹਾ ਹਾਂਜੀ ਜ਼ਰੂਰ ਮੰਗਟ ਸਾਹਿਬ ਨੇ ਹਾਮੀ ਭਰੀ ਦੋ ਹਫ਼ਤੇ ਬਾਅਦ ਉਹਨਾਂ ਦਿਨ ਦੱਸ ਦਿੱਤਾ ਉਹਨਾਂ 40 ਬੰਦੇ ਲੈ ਕੇ ਆਉਣ ਦਾ ਕਿਹਾ ਉਹ ਉਸ ਦਿਨ ਸ਼ਗਨ ਕਰਨ ਹੀ ਆ ਰਹੇ ਸਨ ਮਨਿੰਦਰ ਨੇ ਇੱਕ ਦਿਨ ਪਹਿਲਾਂ ਬਰਨਾਲੇ ਜਾ ਕੇ ਵਧੀਆ ਪ੍ਰਬੰਧ ਕੀਤੇ ਇਹ ਫੰਕਸ਼ਨ ਬਹੁਤ ਵਧੀਆ ਹੋਇਆ ਦਰਅਸਲ ਹਰਮੀਤ ਦੀ ਮੰਮੀ ਨੇ ਆਪਣੇ ਭਰਾ ਦੀ ਸਲਾਹ ਨਾਲ ਸਾਰੀ ਜ਼ਮੀਨ ਵੇਚ ਦਿੱਤੀ ਸੀ ਤੇ ਪੈਸੇ ਬੈਂਕਾਂ 'ਚ ਜਮ੍ਹਾਂ ਕਰਵਾ ਦਿੱਤੇ ਸਨ ਚੰਗਾ ਵਿਆਹ ਚ ਆਉਣ ਲੱਗ ਗਿਆ ਸੀ ਇਸ ਲਈ ਹਰਮੀਤ ਤੇ ਮੰਮੀ ਨੇ ਮਨਿੰਦਰ ਨੂੰ ਕਿਹਾ ਸੀ ਵੀ ਫੰਕਸ਼ਨ ਵਧੀਆ ਹੋਵੇ ਪੈਸੇ ਬਾਰੇ ਨਾ ਸੋਚਣਾ ਵਿਆਹ ਜੀ 6 ਮਹੀਨੇ ਠਹਿਰ ਕੇ ਕਰਨਾ ਸੀ ਕਿਉਂਕਿ ਮੰਗਟ ਸਾਹਿਬ ਦੀ ਬਾਹਰਲੀ ਬੇਟੀ ਨੇ 6 ਮਹੀਨੇ ਬਾਅਦ ਆਉਣਾ ਸੀ ਪਵਨੀਤ ਨੇ ਐਮਏ ਕਰਕੇ ਸਿਦਮਾ ਵਿਅਰ ਕਾਲਜ ਦਾਖਲਾ ਲੈ ਲਿਆ ਸੀ ਉਦਰ ਮਨਿੰਦਰ ਦੇ ਛੋਟੇ ਭਰਾ ਨੇ ਵੀ ਆਪਣੇ ਲਈ ਰਿਸ਼ਤਾ ਪਸੰਦ ਕਰ ਲਿਆ ਸੀ ਕਿਉਂਕਿ ਉਸਨੇ ਮਾਪਿਓ ਨੂੰ ਸਾਫ਼ ਕਹਿ ਦਿੱਤਾ ਸੀ ਵੇ ਰਿਸ਼ਤਾ ਮੈਂ ਆਪਣੀ ਮਰਜ਼ੀ ਦਾ ਲੱਭੂੰਗਾ ਉਸਨੇ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ 'ਚ ਨੌਕਰੀ ਕਰਦੀ ਕੁੜੀ ਅਖਬਾਰਾਂ 'ਚ ਸਿਲੈਕਟ ਕੀਤੀ ਸੀ ਕੁੜੀ ਦੇ ਪਾਪਾ ਵੀ ਨੌਕਰੀ ਕਰਦੇ ਸਨ ਪਰ ਉਹ ਰਹਿਣ ਵਾਲੇ ਮਨਿੰਦਰ ਦੀ ਏਰੀਏ ਦੇ ਹੀ ਸਨ ਮਨਿੰਦਰ ਨੂੰ ਲੱਗਦਾ ਸੀ ਕਿ ਤੇ ਦੋਵੇਂ ਵਿਆਹ ਇਕੱਠੇ ਨਾ ਆ ਜਾਣ ਪਰ ਪਹਿਲਾਂ ਹਰਮੀਤ ਦੀ ਭੈਣ ਦਾ ਵਿਆਹ ਆਇਆ ਮਨਿੰਦਰ ਦੀ ਵਿਚੋਲਾ ਹੋਣ ਕਰਕੇ ਜ਼ਿਆਦਾ ਡਿਊਟੀ ਸੀ ਇਹ ਵਿਆਹ ਵੀ ਬਹੁਤ ਵਧੀਆ ਹੋ ਗਿਆ ਮੰਗਟ ਸਾਹਿਬ ਦਾ ਪਰਿਵਾਰ ਬਹੁਤ ਖੁਸ਼ ਸੀ ਉਧਰ ਹਰਮੀਤ ਦੇ ਮੰਮੀ ਵੀ ਤਿੰਨ ਕੁੜੀਆਂ ਦੇ ਵਿਆਹ ਕਰਕੇ ਆਪਣੇ ਆਪ ਨੂੰ ਥੋੜਾ ਹਲਕਾ ਮਹਿਸੂਸ ਕਰ ਰਹੇ ਸਨ ਪਵਨੀ ਦੀ ਪਿਆੜ ਅਜੇ ਨਹੀਂ ਸੀ ਹੋਈ ਉਹ ਲੁਧਿਆਣੇ ਤੋਂ ਰੋਚ ਪੜਨ ਜਾਂਦੀ ਕਈ ਵਾਰ ਬਲਵਿੰਦਰ ਉਸ ਨੂੰ ਛੱਡ ਆਉਂਦਾ ਇੱਕ ਦਿਨ ਮਨਿੰਦਰ ਤੇ ਹਰਮੀਤ ਮੰਗਟ ਸਾਹਿਬ ਦੇ ਘਰ ਗਏ ਤੁਸੀਂ ਮੇਰੇ ਘਰ ਜਦੋਂ ਮਰਜ਼ੀ ਆ ਸਕਦੇ ਹੋ ਉਸ ਨੂੰ ਤੁਸੀਂ ਆਪਣਾ ਸਹੌਰਾਕਰ ਹੀ ਸਮਝਣਾ ਹੈ ਦਰਅਸਲ ਪਵਨੀਤ ਨੂੰ ਮੈਂ ਹਮੇਸ਼ਾ ਆਪਣੀ ਛੋਟੀ ਭੈਣ ਹੀ ਸਮਝਿਆ ਹੈ ਮਨਿੰਦਰ ਨੇ ਆਪਣੇ ਸਾਡੂ ਬਲਵਿੰਦਰ ਨੂੰ ਕਿਹਾ ਮੈਨੂੰ ਪਤਾ ਜੀ ਪਵਨੀਤ ਨੇ ਮੈਨੂੰ ਦੱਸਿਆ ਸਭ ਕੁਝ ਤੁਹਾਡੇ ਬਾਰੇ ਬਲਵਿੰਦਰ ਨੇ ਕਿਹਾ ਮਨਿੰਦਰ ਤੇ ਹਰਮਿਤ ਨੇ ਉਹਨਾਂ ਸਭ ਨੂੰ ਇੱਕ ਦਿਨ ਘਰ ਡਿਨਰ ਤੇ ਬੁਲਾਇਆ ਮੰਗਟ ਸਾਹਿਬ ਉਹਨਾਂ ਦੀ ਪਤਨੀ ਪਵਨੀਤ ਤੇ ਬਲਵਿੰਦਰ ਆਏ ਮਨਿੰਦਰ ਨੇ ਬਲਵਿੰਦਰ ਦੀ ਭੈਣ ਤੇ ਜੀਜੀ ਨੂੰ ਵੀ ਬੁਲਾਇਆ ਸੀ ਹਰਮੀਤ ਨੇ ਸਭ ਨੂੰ ਕੱਪੜੇ ਦਿੱਤੇ ਤੇ ਬਹੁਤ ਆਉ ਭਗਤ ਕੀਤੀ ਡਿਨਰ ਭੰਵੇਂ ਘਰ ਹੀ ਸੀ ਪਰ ਮਨਿੰਦਰ ਨੇ ਤੰਦੂਰ ਵਾਲਾ ਤੇ ਕੁੱਕ ਵਾਲੇ ਬੁਲਾਏ ਸਨ ਤਾਂ ਜੋ ਕੋਈ ਕਸਰ ਨਾ ਰਹਿ ਜਾਏ ਸਭ ਬਹੁਤ ਹੀ ਖੁਸ਼ ਸਨ ਉਦੋਂ ਮਨਿੰਦਰ ਦੇ ਛੋਟੇ ਭਰਾ ਦਾ ਵਿਆਹ ਵੀ ਪੱਕਾ ਹੋ ਗਿਆ ਮਨਿੰਦਰ ਤੇ ਹਰਮੀਤ ਨੇ ਵਿਆਹ ਦੀ ਪੂਰੀ ਜ਼ਿੰਮੇਵਾਰੀ ਲਈ ਅਰਸ਼ ਜੀ ਛੋਟਾ ਸੀ ਇਸ ਲਈ ਹਰਮੀਤ ਉਸ ਨੂੰ ਬਰਨਾਲੇ ਛੱਡ ਗਏ ਪਰ ਮਹਿਰਨ ਨੇ ਪੂਰਾ ਵਿਆਹ ਟੈਂਡ ਕੀਤਾ ਵਿਆਹ ਤੋਂ ਬਾਅਦ ਮਨਿੰਦਰ ਦੀ ਮਾਂ ਨੇ ਮਨਿੰਦਰ ਨੂੰ ਕਿਹਾ ਲੈ ਭਾਈ ਮੇਰੀ ਕਬੀਲਦਾਰੀ ਤਾਂ ਨਿਪੜ ਗਈ ਹੁਣ ਤੈਨੂੰ ਤੀਜੇ ਹਿੱਸੇ ਦਾ ਠੇਕਾ ਦਿਆ ਕਰਾਂਗੇ ਪਰ ਸ਼ਰਤ ਹੈ ਵੀ ਜ਼ਮੀਨ ਤੇ ਖੇਤੀ ਅਸੀਂ ਹੀ ਕਰਾਂਗੇ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਮਨਿੰਦਰ ਨੇ ਹਾਮੀ ਭਰੀ ਉਸ ਨੂੰ ਤਾਂ ਜੋ ਮਿਲਣਾ ਸੀ ਉਹੀ ਲਾਹੇ ਦਾ ਸੀ ਪਿਛਲੇ 6 ਸਾਲਾਂ ਤੋਂ ਉਸਨੇ ਇੱਕ ਨਮਾ ਪੈਸਾ ਨਹੀਂ ਸੀ ਲਿਆ ਘਰਦਿਆਂ ਤੋਂ ਆਪਣੇ ਕੋਲ ਦੋ ਹਥਿਆਰ ਨੇ ਰਿਵਾਲਵਰ ਮੈਂ ਤੈਨੂੰ ਦੇਣਾ ਤੇ ਗਨ ਛੋਟੇ ਨੂੰ ਤੂੰ ਆਪਦਾ ਲਾਇਸੈਂਸ ਬਣਵਾ ਲੈ ਆਵਦੀ ਆਮਾਨਤ ਜਦੋਂ ਮਰਜ਼ੀ ਲੈ ਜਾਏ ਮਨਿੰਦਰ ਦੇ ਪਿਤਾ ਨੇ ਮਨਿੰਦਰ ਨੂੰ ਕਿਹਾ ਇਹ ਗੱਲ ਪੱਕੀ ਹੈ ਵੀ ਤੁਸੀਂ ਰਿਵਾਲਵਰ ਮੈਨੂੰ ਹੀ ਦੇਣਾ ਮਨਿੰਦਰ ਨੇ ਕਨਫਰਮ ਕਰਨ ਲਈ ਕਿਹਾ ਬਿਲਕੁਲ ਮੈਂ ਸ਼ੁਰੂ ਤੋਂ ਹੀ ਸੋਚਿਆ ਸੀ ਤੂੰ ਲਾਇਸੈਂਸ ਬਣਵਾ ਰਿਵਾਲਵਰ ਤੇਰਾ ਹੈ ਭਵੇਂ ਅੱਜ ਲੈ ਜਾ ਮਨਿੰਦਰ ਦੇ ਪਿਤਾ ਨੇ ਕਿਹਾ ਫਿਰ ਠੀਕਾ ਮਨਿੰਦਰ ਨੇ ਕਿਹਾ ਉਹ ਵਿਆਹ ਤੋਂ ਬਾਅਦ ਵਾਪਸ ਲੁਧਿਆਣੇ ਆ ਗਏ ਇਸ ਸਾਲ ਅਰਸ਼ ਨੇ ਵੀ ਪਲੇਵੀ ਸਕੂਲ ਚ ਜਾਣਾ ਸੀ ਉਹ 2 ਸਾਲ ਦਾ ਹੋਣ ਵਾਲਾ ਸੀ ਮਨਿੰਦਰ ਨੇ ਉਸ ਦੀ ਉਸੇ ਪਲੇਵੀ ਸਕੂਲ ਚ ਐਡਮਿਸ਼ਨ ਕਰਵਾਈ ਜਿਸ ਵਿੱਚ ਮਹਿਰਿੰਦੀ ਕਰਾਈ ਸੀ ਹੁਣ ਮਨਿੰਦਰ ਦੋਨਾਂ ਬੱਚਿਆਂ ਨੂੰ ਆਪ ਛੱਡ ਕੇ ਆਉਂਦਾ ਤੇ ਆਪ ਹੀ ਲੈ ਕੇ ਆਉਂਦਾ ਥਿਸ ਵਿੱਚ ਉਸ ਪਾਰਟੀ ਦੀ ਸਰਕਾਰ ਬਣੀ ਜਿਸ ਨੇ ਪੰਜਾਬ ਦੀਆਂ ਇਲੈਕਸ਼ਨਾਂ ਚ ਪਾਈਕਾਟ ਕੀਤਾ ਸੀ ਤੇ ਇਲੈਕਸ਼ਨ ਰੱਦ ਹੋ ਗਏ ਸਨ ਸਰਕਾਰ ਬੰਦ ਹੀ ਉਹਨਾਂ ਪੰਜਾਬ 'ਚ ਇਲੈਕਸ਼ਨਾਂ ਦਾ ਐਲਾਨ ਕਰ ਦਿੱਤਾ। ਇਲੈਕਸ਼ਨਾਂ ਦਾ ਐਲਾਨ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਪੱਪਾਂ ਪਾਰ ਹੋ ਗਿਆ। ਉਹੀ ਪੁਰਾਣੀਆਂ ਲਿਸਟਾਂ ਮੁਤਾਬਿਕ ਮੁਲਾਜ਼ਮਾਂ ਨੂੰ ਡਿਊਟੀ ਤੇ ਬੁਲਾ ਲਿਆ। ਹਰਮਿਤ ਦੀ ਡਿਊਟੀ ਆਉਂਦੇ ਹੀ ਹਰਮਿਤ ਨੇ ਰੋਲਾ ਪਾ ਲਿਆ। ਆ ਕੀ ਗੱਲ ਹੋਈ? ਇਹ ਹਰ ਵਾਰ ਹੀ ਤੁਹਾਨੂੰ ਡਿਊਟੀ 'ਤੇ ਸਦਦੇ ਹਨ। ਇਹ ਤਾਂ ਪੱਕੀਆਂ ਲਿਸਟਾਂ ਬਣ ਗਈਆਂ। ਹੁਣ ਤਾਂ ਰਿਟਾਇਰਮੈਂਟ ਤੋਂ ਬਾਅਦ ਕੀ ਕਿਹੜਾ ਛੁੱਟੂ? ਮਨਿੰਦਰ ਨੇ ਸੇ ਆਪਾ ਹੀ ਮੋਕਾ ਦਿੱਤਾ। ਇਸ ਵਾਰ ਵੀ ਉਹੀ ਚੁਣੌਤੀ ਸੀ ਉਹੀ ਤੰਕੀਆਂ ਉਹੀ ਮਾਹੌਲ ਪਰ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਸੀ ਇਲੈਕਸ਼ਨ ਹੋ ਗਏ ਕੋਈ ਅਨਸਖਾਮੀ ਘਟਨਾ ਨਾ ਵਾਪਰੀ ਪਰ ਪੰਜਾਬ ਤੇ ਬਹੁਤ ਘੱਟ ਲੋਕ ਵੋਟ ਪਾਣਾਈ ਕਈ ਥਾਂ ਤੇ 4 4 5 5 ਵੋਟਾਂ ਹੀ ਪਈਆਂ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਤਾਂ ਉਨਾ ਹੀ ਸੀ ਵੋਟਾਂ ਤੋਂ ਬਾਅਦ ਹੋਣ ਗਿਣਤੀ ਕਰਵਾਉਣੀ ਸੀ ਵੋਟਾਂ ਬਹੁਤ ਘੱਟ ਪਈਆਂ ਸਨ ਇਸ ਲਈ ਗਿਣਤੀ ਵੀ ਜਲਦੀ ਹੋ ਗਈ ਦੇਸ਼ ਤੇ ਰਾਸ਼ ਕਰਨ ਵਾਲੀ ਪਾਰਟੀ ਨੂੰ ਪੰਜਾਬ ਚ ਬਹੁਮਤ ਮਿਲ ਗਿਆ ਵੋਟਾਂ ਦਾ ਪ੍ਰੋਸੈਸ ਪੂਰਾ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾ ਲਿਆ ਇਨ੍ਹਾਂ ਇਲੈਕਸ਼ਨਾਂ ਚ ਵੀ ਮਨਿੰਦਰ ਦੀ ਭੂਮਿਕਾ ਅਹਿਮ ਰਹੀ ਵੋਟਾਂ ਦਾ ਕਾਮਨ ਮੇੜ ਕੇ ਮਨਿੰਦਰ ਵਾਪਸ ਯੂਨੀਵਰਸਿਟੀ ਚ ਡਿਊਟੀ ਤੇ ਆਇਆ ਉਧਰ ਪਿਤਾ ਜੀ ਨੇ ਕਈ ਖਤ ਲਿਖ ਕੇ ਪੁੱਛਿਆ ਸੀ ਫਿਰ ਲਾਇਸੈਂਸ ਬਣਾ ਲਿਆ ਕਿ ਨਹੀਂ ਉਹ ਜਲਦੀ ਤੋਂ ਜਲਦੀ ਰਿਵਾਲਵਰ ਮਨਿੰਦਰ ਦੇ ਹਵਾਲੇ ਕਰਨਾ ਚਾਹੁੰਦੇ ਸਨ पर मनेंद्र ਦੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਸੀ। ਮਨਿੰਦਰ ਨੇ ਇੱਕ ਦਿਨ ਪਿੰਚਾਂ ਦਾ ਪ੍ਰੋਗਰਾਮ ਬਣਾਇਆ। ਉਹ ਬਠਿੰਡੇ ਦੇ ਮਸ਼ਹੂਰ ਅਸਲਾ ਵੇਚਣ ਵਾਲੀ ਦੁਕਾਨ ਤੇ ਗਿਆ। ਮੇਰੇ ਪਿਤਾ ਜੀ ਕੋਲ ਲਾਇਸੈਂਸ ਵਾਗਲੇ ਸਕਾਟ ਕੰਪਨੀ ਦਾ 32 ਬੋਰ ਦਾ ਰਿਵਾਲਵਰ ਹੈ। ਜੇ ਵੇਚਣਾ ਹੋਵੇ ਤਾਂ ਕਿੰਨੇ ਦਾ ਲਮੋਗੇ? ਉਸਨੇ ਦੁਕਾਨਦਾਰ ਦੇ ਮਾਲਕ ਨੂੰ ਕਿਹਾ। ਜੇ ਲਾਇਸੈਂਸ ਹੈ ਆ ਤੇ ਰਿਵਾਲਵਰ ਵੀ ਅਸਲੀ ਆ। ਤਾਂ ਮੈਂ ਤੁਹਾਨੂੰ 1,50,000 ਰੁਪਏ ਦੇ ਸਕਦਾ ਹਾਂ ਪਰ ਦੋਵੇਂ ਸ਼ਰਤਾਂ ਪੂਰੀਆਂ ਹੋਣ ਦੁਕਾਨਦਾਰ ਨੇ ਕਿਹਾ ਉਹਨਾਂ ਸਮਿਆਂ 'ਚ ਇਹ ਬਹੁਤ ਵੱਡੀ ਰਕਮ ਸੀ ਐਨੇ ਪੈਸਿਆਂ ਨਾਲ ਲੁਧਿਆਣਾ ਦੇ 200 ਗਜ ਦਾ ਪਲਾਟ ਆ ਸਕਦਾ ਸੀ ਉਹ ਵੀ ਪੋਸ਼ ਏਰੀਏ 'ਚ ਮੈਂ ਤੁਹਾਡੀਆਂ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਚਲੋ ਮੇਰੇ ਨਾਲ ਪਿੰਡ ਮੈਂ ਤੁਹਾਨੂੰ ਰਿਵਾਲਵਰ ਵੀ ਤੇ ਲਾਇਸੈਂਸ ਵੀ ਵਿਖਾਉਂਦਾ ਹਾਂ ਮਨਿੰਦਰ ਨੇ ਕਿਹਾ ਉਹ ਦੁਕਾਨਦਾਰ ਨੂੰ ਲੈ ਕੇ ਪਿੰਡ ਆ ਗਿਆ پس نیتہ पिताजी ਨੂੰ ریਵਲਵਰ ਤੇ لائسنس ਵਿਖਾਉਣ ਲਈ ਕਿਹਾ ਪਿਤਾ ਜੀ ਸਮਝ ਗਏ ਸੀ ਕਿਉਂਕਿ ਉਹ ਦੁਕਾਨਦਾਰ ਨੂੰ ਜਾਣਦੇ ਸੀ ਪਰ ਉਹ ਕੁਝ ਨਾ ਬੋਲੇ ਉਹਨਾਂ لائسنس ਤੇ ریਵਲਵਰ ਦੋਨੋਂ ਦੁਕਾਨਦਾਰ ਨੂੰ ਵਿਖਾਏ تسلی ਕਰਕੇ ਦੁਕਾਨਦਾਰ ਨੇ 50000 ਰੁਪਏ ਰੇਤ جیب ਚੁੱਕ ਡੇ ਤੇ ਮਨਿੰਦਰ ਦੇ ਪਿਤਾ ਦੇ ਹੱਥੇ ਰੱਖ ਦਿੱਤੇ ਸਰਦਾਰ ਸਾਹਿਬ ਇਹ ایڈوانਸ ਹੈ ਕੱਲ ਨੂੰ ਬਠਿੰਡੇ ਦੁਕਾਨ ਤੇ ਆ ਜਾਇਓ ریਵਲਵਰ ਤੇ لائسنس ਲੈ ਕੇ ਬਾਕੀ ਦੇ ਪੈਸੇ ਕੱਲ ਨੂੰ ਦੇ ਦੇਵਾਂਗਾ ਨਲੇ ਕੁਝ ਕਾਗਜ਼ਾਂ ਤੇ ਸਾਈਨ ਕਰਨੇ ਹਨ ਉਹ ਕਰ ਦਿਓ ਦੁਕਾਨਦਾਰ ਨੇ ਮਨਿੰਦਰ ਦੇ ਪਿਤਾ ਨੂੰ ਕਿਹਾ ਉਹਨਾ ਮਨਿੰਦਰ ਵੱਲ ਵੇਖਦਿਆਂ ਤੇ ਪੈਸੇ ਲੈ ਲਏ ਦੁਕਾਨਦਾਰ ਚਲੇ ਗਿਆ ਤੂੰ ਇਹ ਰਿਵਾਲਵਰ ਬੀਚ ਦਿੱਤਾ ਤੈਨੂੰ ਸ਼ਰਮ ਨਹੀਂ ਆਈ ਪੈਸੇ ਚਾਹੀਦੇ ਸਨ ਤਾਂ ਵੈਸੇ ਲੈ ਲੈਂਦਾ ਮੈਂ ਚਾਹੁੰਦਾ ਤਾਂ ਉਸ ਦੁਕਾਨਦਾਰ ਦੇ ਸਾਹਮਣੇ ਤੈਨੂੰ ਜਵਾਬ ਦੇ ਸਕਦਾ ਸੀ ਪਰ ਤੂੰ ਜਵਾਨ ਕਰਕੇ ਆਇਆ ਸੀ ਇਸ ਲਈ ਮੈਂ ਨਹੀਂ ਬੋਲਿਆ ਮਨਿੰਦਰ ਦੇ ਪਿਤਾ ਬਹੁਤ ਨਾਰਾਜ਼ ਸਨ ਪਾਪਾ ਤੁਸੀਂ ਇਹ ਗੱਲ ਲੁਧਿਆਣੇ ਆ ਕੇ ਸਮਝ ਸਕੋਗੇ ਮੈਨੂੰ ਲੋੜ ਨਹੀਂ ਸਮਝਣ ਦੀ ਤੂੰ ਖਾਨਦਾਨ ਦਾ ਨਾਂ ਮਿੱਟੀ 'ਚ ਮਲਾਉਣਾ ਮੈਨੂੰ ਪਤਾ ਨਾ ਦੁ ਸ਼ਰਾਬ ਪੀਣਾ ਨਾ ਹਥਿਆਰ ਰੱਖਦਾ ਤੂੰ ਕੀ ਨਾਰਾਸ਼ਨ ਕਰਨਾ ਖਾਨਦਾਨ ਦਾ ਫਿੱਟੇ ਮੂੰਹ ਮੇਰੇ ਜੋ ਤੇਰੇ ਨਾਲ ਜਵਾਨ ਕਰ ਲਈ ਪਰ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਮੁੱਕਰਦਾ ਕੱਲ ਨੂੰ ਤੇਰੇ ਨਾਲ ਜਾਉਂ ਰਿਵਾਲਵਰ ਤੇ ਲਾਇਸੈਂਸ ਲੈ ਕੇ ਆ ਫੜਾਉ ਦੇ ਪੈਸੇ ਪਿਤਾ ਜੀ ਨੇ ਨਰਾਜ਼ ਹੋ ਕੇ ਪੈਸੇ ਮਨਿੰਦਰਵਲ ਸੁੱਟ ਦਿੱਤੇ। ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ। ਧੰਨਵਾਦ।